ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ,
ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਬਾਬਾ ਪੈਰ ਧਰੇ ਪਿਆਰ ਚੱਕੋ ਸਤਨਾਮ ਸ੍ਰੀ ਵਾਹ। ਬੜੇ ਪਿਆਰ ਚ ਜੁੜ ਬੈਠੇ ਹੋ, ਸਾਡੇ ਤੋਂ ਪਹਿਲਾਂ ਬਹੁਤ ਸਤਿਕਾਰੀ ਹੋ ਸਿੱਖ ਕੌਮ ਦੇ ਮਹਾਨ ਕੀਰਤਨੀ ਹੈ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਰਿਆੜ, ਜਿਨ੍ਹਾਂ ਨੇ ਬੜੇ ਪਿਆਰ 'ਚ ਆਪ ਸਰਬੱਤ ਸੰਗਤਾਂ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜਿਆ। ਆਓ ਇਹ ਪਾਵਨ ਸ਼ਬਦ ਭਾਈ ਗੁਰਦਾਸ ਜੀ ਦੀ ਵਾਰ ਹੈ, ਤੁਸੀਂ ਸਾਰੇ ਸ਼ਬਦ ਨੂੰ ਜਾਣਦੇ ਹੋ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਮਨਾ ਅਸੀਂ ਖਾਲਸਾ ਪ੍ਰਗਟ ਦਿਵਸ ਰਹੇ ਹਾਂ, ਖਾਲਸੇ ਦੀ ਸਥਾਪਨਾ ਵਿਸਾਖੀ, ਅਤੇ ਇਹ ਸੱਚ ਹੈ ਕਿ ਇਹ ਖਾਲਸਾ ਪ੍ਰਗਟ ਤਾਂ ਹੋਇਆ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖੀ ਦੀ ਨੀਂਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਹੈ। ਆਓ, ਮੈਨੂੰ ਇਹ ਸ਼ਬਦ ਦਾ ਹੁਕਮ ਹੈ, ਬਹੁਤ ਛੋਟੀ ਪਿਆਰੀ ਬੱਚੀ ਜੋ ਸਤਿਗੁਰੂ ਜੀ ਦੇ ਭਾਣੇ ਅੰਦਰ ਉਹ ਇਸ ਜਹਾਨ ਤੋਂ ਕੂਚ ਕਰ ਗਏ, ਉਹਨਾਂ ਦੇ ਪੇਰੈਂਟਸ ਨੇ ਕਿਹਾ ਸੀ ਕਿ ਇਹ ਸ਼ਬਦ ਆਪ ਜੀ ਨੇ ਜ਼ਰੂਰ ਸਰਵਣ ਕਰਾਉਣਾ ਹੈ। ਆਓ ਸਤਿਗੁਰੂ ਮਿਹਰ ਕਰਨ, ਜਦੋਂ ਛੋਟੇ ਛੋਟੇ ਬੱਚੇ ਬਾਣੀ ਨਾਲ ਜੁੜਦੇ ਨੇ ਸਾਡਾ ਕੀਰਤਨ ਕੀਤਾ ਸਫਲਾ ਹੋ ਜਾਂਦਾ ਹੈ। ਅਤੇ ਬਹੁਤ ਹੀ ਭਾਵਨਾ ਵਾਲਾ ਪਰਿਵਾਰ ਹੈ, ਬਹੁਤ ਦੂਰੋਂ ਆਏ ਨੇ। ਆਓ ਇਹ ਸ਼ਬਦ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਪੜ੍ਹਿਓ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰਿਆਂ ਨੇ ਮਿਲ ਕੇ ਪੜ੍ਹਨਾ ਹੈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਬਾਬਾ ਪੈਰ ਧਰੇ ਸਿੱਧ ਆਸਣ ਸਭ ਜਗਤ ਦੇ ਨਾਨਕ ਯਾਦ ਮਤੇ ਜੇ ਕੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਸਾਪਣ ਸੋਆ, ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬਾ ਸਿੱਧ ਆਸਣ ਸਭ ਜਗਤ ਦੇ ਨਾਨਕ ਯਾਦ
ਪ੍ਰਗਟ ਹੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰਮੁਖ ਕਲ
ਗੱਲ ਰਾਖੀ ਮੇਰੀ, ਜਿਨ ਗੱਲ ਰਾਖੀ ਮੇਰੀ, ਜਿਨ ਗੱਲ ਰਾਖੀ ਮੇਰੀ, ਸਭ ਤੇ ਵੱਡਾ ਸਤਿਗੁਰ ਨਾਮ, ਸਭ ਤੇ ਵੱਡਾ ਸਤਿਗੁਰ ਨਾਮ, ਸਭ ਤੇ ਵੱਡਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਅੰਤ
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ, ਸ਼ਬਦ ਮਿਲੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਚ, ਅਸੀਂ ਸ਼ਰਨ ਚ ਬੈਠੇ ਹਾਂ। ਆਓ ਜਕਾਰਿਆਂ ਦੀ ਗੂੰਜ ਚ ਇਹ ਸ਼ਬਦ ਪੜਾਂਗੇ, ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ। ਸਾਰਿਆਂ ਨੇ ਭਰਵੀਂ ਆਵਾਜ਼ ਦੇ ਵਿੱਚ ਬੀਰਸ ਖਾਲਸਾ ਜੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਸਾਰਿਆਂ ਨੇ ਮਿਲ ਕੇ ਇਹ ਜਪਣਾ ਹੈ, ਫਿਰ ਸਮਾਪਤੀ ਕਰਾਂਗੇ ਅਸੀਂ। ਆਓ ਜਕਾਰੇ ਤੋਂ ਇਹ ਸ਼ਬਦ ਸ਼ੁਰੂ ਕਰਦੇ ਹਾਂ, ਕੋਈ ਵੀ ਰਸਨਾ ਬਾਜੀ ਨਾ ਬੋਲੇ। ਨਹੀਂ ਨਹੀਂ ਆਨੰਦ ਨਹੀਂ ਆਇਆ, ਪੂਰੀ ਭਰਵੀਂ ਆਵਾਜ਼ ਦੇ ਵਿੱਚ ਜਵਾਬ ਦਿਓ, ਗੱਜ ਕੇ ਚਕਾਰਾ ਬੁਲੰਦ ਕਰੋ ਜੀ। ਬੋਲੇ ਇਕੱਲੇ ਜ਼ੋਰ ਲਾਉਣ ਨਹੀਂ ਆਏ, ਤੁਹਾਡਾ ਵੀ ਜ਼ੋਰ ਪੂਰਾ ਲਵਾਉਣਾ ਅਸੀਂ ਨਾਲ, ਇਸ ਕਰਕੇ ਪੂਰੀ ਬੁਲੰਦ ਆਵਾਜ਼ ਦੇ ਵਿੱਚ ਆਪ ਸਭਨਾਂ ਨੇ ਜਪਣਾ ਹੈ। ਤੁਹਾਨੂੰ ਨੀਂਦ ਨਹੀਂ ਆਏਗੀ ਇਹ ਮੈਂ ਦਾਅਵੇ ਨਾ ਕਹਿ ਸਕਦਾ, ਤੁਸੀਂ ਨਾਲ ਜਪੋਗੇ ਜਦੋਂ, ਕਰੋ ਕਿਰਪਾ। ਰਾਜ ਕਰੇਗਾ ਖਾਲਸਾ, ਸਾ
ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਮ ਜੋ ਹੋਏ। ਇਹ ਸੱਚ ਹੈ ਕਿ ਖਾਲਸੇ ਦਾ ਰਾਜ ਪਹਿਲਾਂ ਵੀ ਸੀ ਅਤੇ ਹੁਣ ਵੀ ਹੈ, ਕਿਉਂਕਿ ਸਤਿਗੁਰ ਨੇ ਸਾਨੂੰ ਨਿਆਰਾ ਬਣਾਇਆ ਹੈ ਅਤੇ ਜਿੱਥੇ ਖਾਲਸਾ ਹੁੰਦਾ ਹੈ ਉਹ ਆਪਣਾ ਰਾਜ ਆਪੇ ਹੀ ਸਥਾਪਿਤ ਕਰ ਲੈਂਦਾ ਹੈ। ਇਹ ਸਤਿਗੁਰ ਜੀ ਦੀ ਰਹਿਮਤ ਹੈ। ਤੁਸੀਂ ਵਿਦੇਸ਼ਾਂ 'ਚ ਬੈਠੇ ਹੋ ਤਾਂ ਵੀ ਖਾਲਸੇ ਦਾ ਰਾਜ ਤੁਸੀਂ ਕਾਇਮ ਰੱਖਿਆ ਹੈ, ਤੁਹਾਡੇ 'ਤੇ ਰਹਿਮਤ ਹੈ, ਕਿਰਪਾ ਹੈ, ਗੁਰੂ ਮੇਰ ਕਰੇ। ਕੋਟਾਨਕੋਟ ਸ਼ੁਕਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਆਪ ਸੰਗਤਾਂ ਦਾ, ਸਮੂਹ ਪ੍ਰਬੰਧਕ ਕਮੇਟੀ ਜੋ ਹਰ ਸਾਲ ਉਦਮ ਕਰਕੇ ਆਪ ਸੰਗਤਾਂ ਨੂੰ ਜੋੜਨ ਦਾ ਯਤਨ ਕਰਦੇ ਨੇ, ਸਤਿਗੁਰੂ ਸਾਰੇ ਹੀ ਪ੍ਰਬੰਧਕ ਜਨਾਂ ਨੂੰ, ਗੁਰੂ ਘਰ ਦੇ ਵਜ਼ੀਰ ਜਿੰਨੇ ਵੀ ਸੇਵਾਦਾਰ ਸੇਵਾ ਕਰਦੇ ਨੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇਹ ਸਾਡੀ ਅਰਦਾਸ ਹੈ। ਆਪ ਸਰਬੱਤ ਸੰਗਤ ਬਹੁਤ ਲੰਮੇ ਸਮੇਂ ਤੋਂ ਬੈਠੇ ਹੋ, ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਾਰੀ ਹੀ ਸਮੁੱਚੀ ਟੀਮ ਜੋ ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਹੈ, ਸਾਡੇ ਸਤਿਕਾਰਯੋਗ ਸਰਦਾਰ ਅਵਤਾਰ ਸਿੰਘ ਜੀ ਟਹਿਰੀ, ਮੈਂ ਜਦੋਂ ਪਹਿਲੇ ਦਿਨ ਵੀ ਬੇਨਤੀ ਕੀਤੀ ਸੀ ਕਿ ਇਹਨਾਂ ਦੀ ਟੀਮ ਬਹੁਤ ਸਟਰੋਂਗ ਹੈ, ਬਹੁਤ ਵਧੀਆ ਮੈਨੇਜਮੈਂਟ ਕਰਦੇ ਨੇ, ਅਤੇ ਵਾਕਿਆ ਬੀਬੀਆਂ 'ਤੇ ਰਹਿਮਤ ਹੁੰਦੀ ਹੈ ਕਿ ਇਹ ਬਹੁਤ ਚੜ੍ਹਦੀ ਕਲਾ ਨਾਲ ਸੇਵਾ ਕਰਦੀਆਂ ਨੇ, ਕਿਉਂਕਿ ਇਹ ਘਰ ਸੰਭਾਲਣਾ ਵੀ ਜਾਣਦੀਆਂ ਨੇ ਅਤੇ ਗੁਰੂ ਘਰ ਸੰਭਾਲਣਾ ਵੀ ਜਾਣਦੀਆਂ ਨੇ। ਇਹਨਾਂ ਨੂੰ ਸਤਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ। ਤੁਸੀਂ ਸਾਰਿਆਂ ਨੇ ਰਹਿੰਦੇ ਦੀਵਾਨਾਂ ਵਿੱਚ ਵੀ ਇਸੇ ਤਰ੍ਹਾਂ ਹਾਜ਼ਰੀਆਂ ਭਰਨੀਆਂ, ਅਸੀਸ ਬਖਸ਼ਿਸ਼ ਕਰਨੀ ਹੈ। ਆਓ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਅਤੇ ਸਰਬੱਤ ਸਾਰੇ ਅਰਦਾਸ ਵਿੱਚ ਸ਼ਾਮਲ ਹੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਨੇ ਪਾਇਆ ਸਤਿਗੁਰ ਦਾ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਤਾਂ ਬਣਿਆ ਸ਼ਬਦੋਂ ਤਾਂ ਗਾਵੋ ਗਰੀ ਕੀੜਾ, ਮਨ ਚ ਨੀ ਵਸਾਇਆ ਕਹੇ ਨਾਨਕ ਅੰਧ ਹੋਆ ਸਤਿਗੁਰੂ ਨੇ ਪਾਇਆ। ਸੰਤ ਸਾਹਿਬ
ਸਤਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।